ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸੋਹਨ ਬਰਨਾਲਾ ਦੇ ਉੱਤੇ। ਟਾਈਟਲ ਤੁਸੀਂ ਪੜ੍ਹ ਹੀ ਲਿਆ। ਅੱਜ ਆਪਾਂ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਜਿਹੜੀਆਂ ਜੋਬਸ, ਪ੍ਰਾਈਵੇਟ ਜੋਬਸ ਤੁਹਾਡੇ ਲਈ ਅਵੇਲੇਬਲ, ਉਹਨਾਂ ਦੇ ਰਿਗਾਰਡਿੰਗ ਆਪਾਂ ਗੱਲ ਕਰਾਂਗੇ। ਪਹਿਲਾ ਜਿਹੜਾ ਸਕੂਲ ਹੈ ਜੀ, ਉਹ ਹੈ ਜੀ SSD ਕ੍ਰਿਸ਼ਨਾ ਵਾਟਿਕਾ ਸੀਨੀਅਰ ਸੈਕੈਂਡਰੀ ਸਕੂਲ ਭੁਖੜਾ ਅਤੇ ਬਠਿੰਡਾ ਦੇ ਵਿੱਚ ਹੈ ਜੀ। ਇਸ ਸਕੂਲ ਦੇ ਵਿੱਚ PGT ਦੀਆਂ ਵੈਕੈਂਸੀਜ਼ ਅਵੇਲੇਬਲ ਨੇ। ਸਬਜੈਕਟ ਹੈ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਫਿਜ਼ੀਕਲ ਐਜੂਕੇਸ਼ਨ, ਪੋਲੀਟੀਕਲ ਸਾਇੰਸ। ਇਸ ਤੋਂ ਇਲਾਵਾ TGT ਟੀਚਰਸ ਦੀ ਲੋੜ ਹੈ ਜੀ। ਸਬਜੈਕਟ ਹੈ ਇੰਗਲਿਸ਼। ਉਸ ਤੋਂ ਇਲਾਵਾ NTT ਦੇ ਟੀਚਰਸ, ਇਹਨਾਂ ਨੂੰ ਚਾਹੀਦੇ ਨੇ। ਇੰਟਰਸਟਿਡ ਕੈਂਡੀਡੇਟ ਜਿਹੜੇ ਹੈਗੇ ਨੇ, ਉਹ ਡਾਇਰੈਕਟਲੀ ਪ੍ਰਿੰਸੀਪਲ ਨੂੰ ਆਪਣੀ ਐਪਲੀਕੇਸ਼ਨ ਜਿਹੜੀ ਹੈ ਉਹ ਵਿਦ ਲੇਟੈਸਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਨਾਲ ਅਟੈਚ ਕਰਕੇ ਆਪਣੇ ਰਿਜ਼ਿਊਮ ਦੇ ਨਾਲ ਉਹ ਭੇਜ ਸਕਦੇ ਨੇ। ਅਤੇ ਇਸ ਦੀ ਈਮੇਲ ਐਡਰੈੱਸ ਆਪਣੇ ਕੋਲ ਨਹੀਂ ਅਵੇਲੇਬਲ, ਤੁਸੀਂ ਸਿੱਧਾ ਡਾਇਰੈਕਟ ਸਕੂਲ ਵਿਜ਼ਿਟ ਕਰਕੇ ਜਾਂ ਆਪਣੀ ਐਪਲੀਕੇਸ਼ਨ ਇਸ ਸਕੂਲ, ਇਹਨਾਂ ਵੈਕੈਂਸੀਜ਼ ਦੇ ਲਈ ਇਸ ਸਕੂਲ ਦੇ ਵਿੱਚ ਭੇਜ ਸਕਦੇ ਹੋ। ਅਤੇ ਇਸ ਤੋਂ ਇਲਾਵਾ ਅਗਲਾ ਬਠਿੰਡਾ ਦੇ ਵਿੱਚ ਬਾਬਾ ਮੁਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦੇ ਵਿੱਚ, ਡਿਸਟ੍ਰਿਕਟ ਬਠਿੰਡਾ ਦੇ ਵਿੱਚ ਇਹ ਕਾਲਜ ਪੈਂਦਾ ਜੀ। ਇਸ ਕਾਲਜ ਦੇ ਵਿੱਚ ਲੈਕਚਰਾਰਸ ਦੀ ਲੋੜ ਹੈ, ਕਈ ਵੈਕੈਂਸੀਜ਼ ਨੇ ਲੈਕਚਰਾਰਸ ਦੀਆਂ, ਉਹ ਆਪਾਂ ਤੁਹਾਡੇ ਨਾਲ ਸਬਜੈਕਟ ਜਿਹੜੇ ਉਹ ਡਿਸਕਸ ਕਰ ਲੈਂਦੇ ਹਾਂ। ਪਹਿਲਾ ਸਬਜੈਕਟ ਹੈ ਜੀ ਲੈਕਚਰਾਰ ਇਨ ਹਿੰਦੀ, ਇੱਕ ਵੈਕੈਂਸੀ ਹੈ ਜੀ। ਉਸ ਤੋਂ ਇਲਾਵਾ ਇੰਗਲਿਸ਼ ਦੀਆਂ 3 ਵੈਕੈਂਸੀਜ਼ ਨੇ, ਪੰਜਾਬੀ ਦੀਆਂ 3 ਵੈਕੈਂਸੀਜ਼ ਨੇ, ਇਕਨੋਮਿਕਸ ਦੀ 1 ਵੈਕੈਂਸੀ ਹੈ, ਮੈਥ ਦੀ 1 ਵੈਕੈਂਸੀ ਹੈ, ਫਿਜ਼ੀਕਲ ਐਜੂਕੇਸ਼ਨ ਦੀ 1 ਵੈਕੈਂਸੀ ਹੈ, ਪੋਲੀਟੀਕਲ ਸਾਇੰਸ ਦੀ 1 ਵੈਕੈਂਸੀ ਹੈ, ਹਿਸਟਰੀ ਦੀ 1 ਵੈਕੈਂਸੀ ਹੈ, ਰਿਲੀਜਨ ਦੀ 1 ਵੈਕੈਂਸੀ ਹੈ। ਅਤੇ ਉਸ ਤੋਂ ਇਲਾਵਾ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ 2 ਵੈਕੈਂਸੀਜ਼ ਨੇ, ਅਤੇ ਸੋਸ਼ੀਓਲੋਜੀ ਦੇ ਲਈ 1 ਵੈਕੈਂਸੀ ਹੈ, 1 ਲਾਇਬ੍ਰੇਰੀਅਨ ਦੀ ਲੋੜ ਹੈ। ਕੁਆਲੀਫਿਕੇਸ਼ਨ ਤੁਹਾਡੀ ਜਿਹੜੀ ਹੈ ਉਹ UGC ਦੇ ਨੋਮਸ ਦੇ ਅਧੀਨ ਹੋਣੀ ਚਾਹੀਦੀ ਹੈ, ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਜਿਹੜੀ ਉਹ ਹੋਣੀ ਚਾਹੀਦੀ ਹੈ। ਅਤੇ ਇਹਨਾਂ ਵੈਕੈਂਸੀਜ਼ ਦੇ ਨੂੰ ਅਪਲਾਈ ਕਰਨ ਦੇ ਲਈ ਤੁਸੀਂ 1 ਐਪਲੀਕੇਸ਼ਨ ਜਿਹੜੀ ਆ ਉਹ ਕਾਲਜ ਨੂੰ ਵਿਦ ਆਪਣੇ ਕੰਪਲੀਟ ਜਿਹੜੇ ਡਾਕੂਮੈਂਟਸ ਨੇ, ਐਜੂਕੇਸ਼ਨਲ ਡਾਕੂਮੈਂਟਸ ਦੀਆਂ ਫੋਟੋ ਕਾਪੀਜ਼ ਭੇਜੋਗੇ, ਅਤੇ ਨਾਲ ਹੀ 1 ਕਾਪੀ ਉਹਦੇ ਉਸੇ ਐਪਲੀਕੇਸ਼ਨ ਦੀ, ਉਸੇ ਤਰ੍ਹਾਂ ਦੀ ਐਪਲੀਕੇਸ਼ਨ ਦੀ 1 ਡੀਨ ਆਫ ਕਾਲਜਿਸ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨੇ ਜੀ, ਉਹਨਾਂ ਨੂੰ ਵੀ ਤੁਸੀਂ ਭੇਜੋਗੇ। ਅਤੇ ਇਹਨਾਂ ਵੈਕੈਂਸੀਜ਼ ਦੇ ਲਈ ਜਿਹੜੀ ਲਾਸਟ ਡੇਟ ਹੈ ਉਹ ਹੈ ਜੀ 16 ਮਾਰਚ 2019। ਅਤੇ ਕਾਲਜ ਦਾ ਈਮੇਲ ਐਡਰੈੱਸ ਵੀ ਤੁਹਾਡੇ ਸਾਹਮਣੇ ਦਿੱਤਾ ਹੋਇਆ, ਤੁਸੀਂ ਕੰਟੈਕਟ ਕਰਕੇ ਜ਼ਿਆਦਾ ਜਾਣਕਾਰੀ ਹਾਸਿਲ ਕਰ ਸਕਦੇ ਹੋ। ਸੋ ਇਹ ਸੀਗੀਆਂ ਜੀ ਕੁਝ ਵੈਕੈਂਸੀਜ਼ ਬਠਿੰਡਾ ਡਿਸਟ੍ਰਿਕਟ ਦੇ ਅੰਦਰ। ਉਮੀਦ ਆ ਵੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ, ਜੇ ਪਸੰਦ ਆਈ ਇਸ ਨੂੰ ਲਾਈਕ ਜ਼ਰੂਰ ਕਰ ਦਿਓ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਇਸੇ ਤਰ੍ਹਾਂ ਦੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਨਾਲ ਲੱਗਦਾ ਬੈਲ ਆਈਕਨ ਵੀ ਜਿਹੜਾ ਉਹ ਪ੍ਰੈਸ ਕਰ ਲਓ, ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਉਹ ਮਿਲਦੀ ਰਹੇ। ਠੀਕ ਹੈ ਦੋਸਤੋ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ ਜੀ।